ਨਮਸਕਾਰ ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਅੱਜ ਪੰਜਾਬ ਪੁਲਿਸ ਦੀ ਇੱਕ ਕਲਚਰ ਟੀਮ ਜਲੰਧਰ PAP ਲੈਣ ਤੋਂ ਲੱਡਾ ਕੋਠੀ ਸੰਗਰੂਰ ਦੀ ਰਵਾਨਾ ਹੋਈ ਜਿਸ ਦੀ ਪ੍ਰਧਾਨਗੀ ਇੰਸਪੈਕਟਰ ਸਰਦਾਰ ਪੈਰਾ ਸਿੰਘ ਕਰ ਰਹੇ ਸਨ। ਪੰਜਾਬ ਪੁਲਿਸ ਦੀ ਬੱਸ ਦਾ ਡਰਾਈਵਰ ਕੜੀਮੁੜੀ ਬੱਸ ਨੂੰ ਰੋਕ ਕੇ ਬੱਸ ਵਿਚ ਪਾਣੀ ਪਾ ਰਿਹਾ ਸੀ ਜਿਸ ਤੇ ਇੰਸਪੈਕਟਰ ਨੇ ਜਵਾਨਾਂ ਨੂੰ ਇਹ ਯਕੀਨ ਦਵਾਇਆ ਕਿ ਉਹ ਬੱਸ ਵਿਚ ਨਲਕਾ ਲਵਾਉਣ ਦੀ ਜਿੰਮੇਵਾਰੀ ਚੱਕਦੇ ਹਨ। ਬੱਸ ਵਿਚ ਨਲਕਾ ਲੱਗ ਜਾਣ ਨਾਲ ਆਉਣ ਜਾਣ ਦੇ ਸਮੇਂ ਦਾ ਕਾਫੀ ਫਾਇਦਾ ਹੋਵੇਗਾ ਅਤੇ ਜਵਾਨ ਬੱਸ ਵਿਚ ਬੈਠੇ ਬੈਠੇ ਪਾਣੀ ਵੀ ਪੀ ਸਕਣਗੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੱਜ ਲੱਡਾ ਕੋਠੀ ਮੈਸ ਵਿਚ ਇਕ ਫੁਲਕਾ ਫੁੱਲ ਕੇ ਫਟ ਜਾਣ ਨਾਲ ਜੋ ਨੁਕਸਾਨ ਹੋਇਆ ਹੈ ਉਸ ਦੀ ਲਾਗਤ ਤਕਰੀਬਨ 3 ਕਰੋੜ ਰੁਪਇਆ ਦੱਸੀ ਜਾਂਦੀ ਏ। ਇਹ ਘਟਨਾ ਉਦੋਂ ਵਾਪਰੀ ਜਦੋਂ ਲਾਂਗਰੀ ਫੁਲਕੇ ਨੂੰ ਚੈੱਕਅਪ ਕਰਾਉਣ ਲਈ ਇੰਸਪੈਕਟਰ ਪਾਸ ਲਿਜਾ ਰਿਹਾ ਸੀ। ਇੰਸਪੈਕਟਰ ਨੇ ਲਾਂਗਰੀਆਂ ਨੂੰ ਸਖ਼ਤ ਹਦਾਇਤ ਕੀਤੀ ਅਤੇ ਚੇਤਾਵਨੀ ਦਿੱਤੀ ਹੈ ਕਿ ਮੈਸ ਵਿਚ ਅੱਗੇ ਤੋਂ ਫੁਲਕੇ ਨੂੰ ਬਿਲਕੁਲ ਫੁੱਲਣ ਨਾ ਦਿੱਤਾ ਜਾਵੇ। ਇਹ ਘਟਨਾ ਵਾਪਰਨ ਦੇ ਨਾਲ ਇਕ ਚਗਲਾ, ਇਕ ਵੇਲਣਾ ਅਤੇ ਇਕ ਅਪਰਾਧ ਹਜੇ ਤੱਕ ਲਾਪਤਾ ਹਨ ਜਿਨ੍ਹਾਂ ਦੀ ਤਲਾਸ਼ ਵਾਸਤੇ CRP ਦੀਆਂ 2 ਕੰਪਨੀਆਂ ਨੂੰ ਤੈਨਾਤ ਕੀਤਾ ਗਿਆ। ਮੌਸਮ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਫਰਲ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਰੋਜ਼ ਨਾਮਚੇ ਦੇ ਮੌਸਮ ਰੋਜ਼ਾਨਾ ਦੀ ਵਾਂਗ ਖੁਸ਼ਕ ਰਹੇਗਾ। ਨਮਸਕਾਰ।